ਸਭ ਤੋਂ ਪਹਿਲੀਆਂ ਕਿਰਨਾਂ ਜਿਹੜੀਆਂ ਨੇ ਉਹ ਗੁਰਬਾਣੀ ਦੀਆਂ ਜਾਂਦੀਆਂ ਨੇ, ਨੰਬਰ 1। ਨੰਬਰ 2, ਇਹ ਅਕਾਲ ਤਖਤ ਸਾਹਿਬ ਹੈ। ਇਹ ਟੇਢਾ ਕਿਉਂ ਆ ਕੋਈ ਦੱਸ ਸਕਦਾ? ਹਰ ਗੁਰਦੁਆਰਾ ਸਾਹਿਬ ਜਿਹਦੇ ਅੱਗੇ ਨਿਸ਼ਾਨ ਸਾਹਿਬ ਲੱਗਿਆ ਹੁੰਦਾ, ਹਰਿਮੰਦਰ ਸਾਹਿਬ ਦੇ ਪਿੱਛੇ ਲੱਗਿਆ, ਕਿਉਂ ਲੱਗਿਆ ਬੇਟਾ? ਇਹ ਤੁਸੀਂ ਦੱਸ ਸਕਦੇ ਹੋ? ਆਹ ਜਿਹੜੀ ਜਗ੍ਹਾ ਹੈ, ਇਸ ਜਗ੍ਹਾ ਦੇ ਉੱਤੇ ਇੱਕ ਟਾਵਰ ਬਣਾਇਆ ਸੀਗਾ, ਉਹਦਾ ਨਾਮ ਸੀ ਲਾਲ ਚਬੂਤਰਾ। ਇਸ ਜਗ੍ਹਾ ਤੇ ਬਣਾਇਆ ਸੀ ਈਸਾਈਆਂ ਨੇ ਗਿਰਜਾ ਘਰ, ਜਿੱਥੇ ਬਾਬਾ ਬੁੱਢਾ ਜੀ ਦੀ ਬੇਰੀ ਹੈ। ਇਸ ਜਗ੍ਹਾ ਤੇ ਬੁੰਗਾ, ਮਹਾਰਾਜਾ ਰਣਜੀਤ ਸਿੰਘ ਜੀ ਦਾ ਬੁੰਗਾ ਹੁੰਦਾ ਸੀ, ਦਰਬਾਰ ਸਾਹਿਬ ਦੇ ਨੇੜੇ ਤੇੜੇ 84 ਬੁੰਗੇ ਸੀ, ਸਾਰੇ ਬੁੰਗੇ ਤੋੜ ਦਿੱਤੇ ਨੇ, ਕੇਵਲ ਇੱਕੋ ਬੁੰਗਾ ਬਚਿਆ, ਰਾਮਗੜੀਆ ਬੁੰਗਾ। ਇੱਕ ਹੋਰ ਚੀਜ਼ ਜਿਹੜੀ ਸਭ ਤੋਂ ਕੀਮਤੀ ਸੁਣਨ ਵਾਲੀ ਹੈ, 2-3 ਚੀਜ਼ਾਂ ਨੇ ਜਿਹੜੀਆਂ ਤੁਸੀਂ ਧਿਆਨ ਨਾਲ ਦੇਖਣੀਆਂ ਨੇ। ਇੱਧਰੋਂ ਦਰਬਾਰ ਸਾਹਿਬ ਜੀ ਦਾ ਮੱਥਾ ਟੇਕਦੇ ਆ ਨਾ, ਦੁਨੀਆਂ 'ਚ ਜਿੰਨੇ ਮੰਦਰ ਬਣੇ ਨੇ ਉਹਨਾਂ ਦੇ ਸਾਹਮਣੇ ਤੋਂ ਸੂਰਜ ਚੜ੍ਹਦਾ, ਠੀਕ ਹੈ ਜੀ? ਸੂਰਜ ਵੱਲ ਮੂੰਹ ਹੁੰਦਾ, ਇੱਥੇ ਸਾਹਮਣੇ ਸੂਰਜ ਨਹੀਂ ਚੜ੍ਹਦਾ, ਇੱਥੇ ਬਿਲਕੁਲ ਪਿੱਛੇ ਤੋਂ ਸੂਰਜ ਚੜ੍ਹਦਾ, ਠੀਕ? ਸਭ ਤੋਂ ਪਹਿਲੀਆਂ ਕਿਰਨਾਂ ਜਿਹੜੀਆਂ ਨੇ ਉਹ ਗੁਰਬਾਣੀ ਦੀਆਂ ਜਾਂਦੀਆਂ ਨੇ, ਨੰਬਰ 1। ਨੰਬਰ 2, ਇਹ ਅਕਾਲ ਤਖਤ ਸਾਹਿਬ ਹੈ। ਇਹ ਟੇਢਾ ਕਿਉਂ ਆ ਕੋਈ ਦੱਸ ਸਕਦਾ? ਇਹ ਇੱਦਾਂ ਨਹੀਂ ਹੈ, ਇਹ ਇਸ ਤਰੀਕੇ ਨਾਲ ਟੇਢਾ ਹੈ। ਕਿਉਂ ਹੈ ਟੇਢਾ ਪਤਾ ਬੇਟਾ? ਕਿਉਂਕਿ ਇੱਕ ਇਹ ਚੀਜ਼, ਇੱਕ ਇਹ ਗੁੰਮਟ ਵੇਖੋ ਤੁਸੀਂ, ਇਹ ਗੁੰਮਟ ਉੱਚਾ ਤੇ ਉਹ ਗੁੰਮਟ ਨੀਵਾਂ, ਇਹਦੇ ਪਿੱਛੇ ਵੀ ਇੱਕ ਲੌਜਿਕ ਹੈ। ਇਹਦੇ ਪਿੱਛੇ ਕੀ ਲੌਜਿਕ ਹੈ? ਜਿਹੜਾ ਸਾਹਮਣੇ ਵਾਲਾ ਦਰਬਾਰ ਸਾਹਿਬ ਦਾ ਗੁੰਮਟ ਬਣਿਆ ਹੋਇਆ, ਉਹ ਬੈਠਵਾ ਨਿਮਰਤਾ ਦਾ ਪ੍ਰਤੀਕ ਹੈ, ਠੀਕ? ਉਹ ਦਰਸਾਉਂਦਾ ਸਾਨੂੰ ਨਿਮਰਤਾ ਕਿ ਸਾਡੇ ਵਿੱਚ ਅਸੀਂ ਗੁਰਬਾਣੀ ਅਭਿਆਸ ਬਾਣੀ ਨਾਲ ਜੁੜ ਕੇ ਸਰਬੱਤ ਦਾ ਭਲਾ ਕਰਦੇ ਹਾਂ, ਨਿਮਰਤਾ ਉੱਥੇ ਅੰਦਰ ਸਾਨੂੰ ਸਿਖਾਈ ਜਾਂਦੀ ਹੈ। ਲੇਕਿਨ ਨਿਮਰਤਾ ਦੇ ਅੱਗੇ ਨਾਲ ਦੀ ਨਾਲ ਹੀ ਖਾਲਸਾ ਜਿਹੜਾ ਮੀਰੀ ਪੀਰੀ ਦਾ, ਇਹ ਜਿਹੜੇ ਦੋ ਨਿਸ਼ਾਨ ਸਾਹਿਬ ਨੇ ਨਾ ਜੀ, ਇਹ ਇੱਕ ਛੋਟਾ ਇੱਕ ਵੱਡਾ ਨਿਸ਼ਾਨ ਸਾਹਿਬ ਹੈ। ਆਪਾਂ ਮੀਰੀ ਪੀਰੀ ਦੀ ਗੱਲ ਕੀਤੀ ਸੀ, ਇੱਕ ਮੀਰੀ ਦਾ ਤੇ ਇੱਕ ਪੀਰੀ ਦਾ, ਤੇ ਇਹ ਜਿਹੜਾ ਗੁੰਮਟ ਹੈ, ਠੀਕ, ਇਹ ਮੀਰੀ ਦਾ ਗੁੰਮਟ ਸਾਹਿਬ ਆ, ਪੀਰੀ ਦਾ, ਉਹ ਨਿਮਰਤਾ ਦਾ ਪ੍ਰਤੀਕ ਹੈ, ਤੇ ਇਹ ਗੁੰਮਟ ਸਾਹਿਬ ਕਾਹਦਾ ਪ੍ਰਤੀਕ ਹੈ? ਚੜ੍ਹਦੀ ਕਲਾ ਦਾ ਪ੍ਰਤੀਕ। ਅਸੀਂ ਨਿਮਰਤਾ ਵਿੱਚ ਵੀ ਹੈ ਤੇ ਅਸੀਂ ਚੜ੍ਹਦੀ ਕਲਾ ਦੇ ਵਿੱਚ ਹੈ। ਅਗਲੀ ਗੱਲ, ਜਿਹਦਾ ਅਕਾਲ ਤਖਤ ਸਾਹਿਬ ਤੇ ਜਿਹੜਾ ਸਾਹਮਣੇ ਜਿੱਥੇ ਸਿੰਘ ਸਾਹਿਬ ਖੜੇ ਹੁੰਦੇ ਨੇ, ਇੱਥੋਂ ਸਾਹਮਣੇ ਦਰਬਾਰ ਸਾਹਿਬ ਦੇ ਅੰਦਰ ਪ੍ਰਕਾਸ਼ ਦੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੁੰਦੇ ਨੇ। ਇਹ ਉਹ ਧਰਮ ਹੈ, ਤੇ ਇਹ ਕੀ ਹੈ? ਧਰਮ ਦੇ ਸਾਹਮਣੇ ਕੀ ਹੈ? ਹਾਂਜੀ, ਧਰਮ ਦੇ ਸਾਹਮਣੇ ਕੀ ਹੈ? ਬਸ ਮੱਥਾ ਟੇਕਣ ਜੋਗੇ ਰਹਿ ਗਏ ਅਸੀਂ। ਧਰਮ ਦੇ ਸਾਹਮਣੇ ਕੀ ਹੈ? ਦੋ ਹੀ ਨੇ ਨਾ, ਇੱਕ ਪੋਲਿਟਿਕਸ ਕਹਿੰਦੇ ਹੋ ਤੁਸੀਂ, ਕੀ ਕਹਾਂਗੇ ਉਹਨੂੰ? ਰਾਜਨੀਤੀ। ਕੀ ਕਹਾਂਗੇ ਅਸੀਂ? ਰਾਜਨੀਤੀ। ਰਾਜਨੀਤੀ ਦੇ ਸਾਹਮਣੇ ਧਰਮ ਹੈ। ਇੱਥੋਂ ਜਦੋਂ ਸਿੰਘ ਸਾਹਿਬ ਖੜੇ ਹੋਣਗੇ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉੱਥੇ ਦਿਖਾਈ ਦੇਵੇਗਾ। ਰਾਜਨੀਤੀ ਦੇ ਸਾਹਮਣੇ ਧਰਮ ਹੈ, ਲੇਕਿਨ ਜਦੋਂ ਉੱਥੇ ਗ੍ਰੰਥੀ ਸਿੰਘ ਬੈਠਾ ਤੇ ਇੱਥੇ ਇਹ ਦਿਖਾਈ ਨਹੀਂ ਦਿੰਦਾ, ਕਿਉਂਕਿ ਧਰਮ ਦੇ ਸਾਹਮਣੇ ਰਾਜਨੀਤੀ ਫਿੱਕੀ ਹੈ। ਦੂਜੀ ਗੱਲ, ਜਦੋਂ ਅਕਾਲ ਤਖਤ ਸਾਹਿਬ ਨੂੰ ਮੱਥਾ ਟੇਕੋਗੇ,
ਠੀਕ ਹੈ, ਇੱਥੇ ਵੀ ਪ੍ਰਕਾਸ਼ ਹੈ ਮਹਾਰਾਜ ਦਾ। ਜਦੋਂ ਅਕਾਲ ਤਖਤ ਸਾਹਿਬ ਨਮਸਕਾਰ ਹੋਏਗੀ, ਪਿੱਠ ਦਰਬਾਰ ਸਾਹਿਬ ਵੱਲ ਨਹੀਂ ਹੋਏਗੀ, ਪਿੱਠ ਉੱਧਰ ਹੋਊਗੀ, ਉੱਧਰੋਂ ਇੱਧਰ ਮੱਥਾ ਟੇਕਾਂਗੇ ਤੇ ਨਾ ਇੱਧਰ ਪਿੱਠ ਹੋ ਰਹੀ ਹੈ ਤੇ ਨਾ ਉੱਧਰ ਪਿੱਠ ਹੋ ਰਹੀ ਹੈ। ਕਿੱਡੀ ਲੌਜਿਕ ਹੈ। ਅਗਲੀ ਗੱਲ, ਜਿਹੜਾ ਦਰਬਾਰ ਸਾਹਿਬ ਦਾ ਏਰੀਆ ਇਹ ਹੈ 67 ਫੁੱਟ, ਇਹ ਜਿਹੜੇ ਪ੍ਰਕਰਮਾ ਨੇ ਇਹ 84 ਫੁੱਟ ਨੇ, 84 ਕਦਮ ਚੱਲ ਕੇ ਜਾਂਦੇ ਆ। ਇੱਕ ਹੋਰ ਜਿਹੜੀ ਇਹ ਛੋਟੀ ਛੋਟੀ ਗੁੰਮਟੀਆਂ ਲੱਗੀਆਂ ਹੋਈਆਂ ਨੇ, ਦੇਖ ਰਹੇ ਛੋਟੇ ਛੋਟੇ ਗੁੰਮਟ ਲੱਗੇ ਨੇ ਸਾਈਡਾਂ ਤੇ, ਇਸ ਸਾਈਡ ਵੀ ਤੇ ਉਸ ਸਾਈਡ ਵੀ, ਇਹਨਾਂ ਦੀ ਗਿਣਤੀ ਹੈ ਟੋਟਲ 19 ਗਿਣਤੀ ਹੈ। ਕਿੰਨੀ ਗਿਣਤੀ ਹੈ? 19। ਗੁਰੂ ਗ੍ਰੰਥ ਸਾਹਿਬ ਜੀ ਜਦੋਂ ਪ੍ਰਕਾਸ਼ ਕਰਦੇ ਆ ਨਾ, ਇੱਕ ਅੰਗ ਦੇ ਉੱਤੇ 19 ਲਾਈਨਾਂ ਹੁੰਦੀਆਂ ਨੇ, 19 ਲਾਈਨਾਂ ਇਸ ਪਾਸੇ ਤੇ 19 ਲਾਈਨਾਂ ਉਸ ਪਾਸੇ, ਯਾਨੀ ਕਿ ਇਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਅਗਲੀ ਗੱਲ ਹੋਰ, ਹਰ ਗੁਰਦੁਆਰਾ ਸਾਹਿਬ ਜੀ ਦੇ ਅੱਗੇ ਨਿਸ਼ਾਨ ਸਾਹਿਬ ਲੱਗਿਆ ਹੁੰਦਾ, ਹਰਿਮੰਦਰ ਸਾਹਿਬ ਦੇ ਪਿੱਛੇ ਲੱਗਿਆ, ਕਿਉਂ ਲੱਗਿਆ ਬੇਟਾ? ਤੁਸੀਂ ਦੱਸ ਸਕਦੇ ਹੋ? ਬਹੁਤ ਕੁਝ ਸਿੱਖਣ ਵਾਲਾ ਹੈ ਇਹਦੇ ਦਰਬਾਰ ਸਾਹਿਬ ਮੱਥਾ ਟੇਕਦੇ ਆ। ਹੁਣ ਤੁਸੀਂ ਥੋੜਾ ਜਿਹਾ ਧਿਆਨ ਨਾ ਆਪਣਾ, ਇੱਕ ਵਾਰ ਅੱਖਾਂ ਬੰਦ ਕਰਕੇ ਫਿਰ ਦੁਬਾਰਾ ਖੋਲਿਓ, ਇਹਨੂੰ ਸ਼ਿਪ ਦੇਖਿਓ ਕਿੱਧਰ ਨੂੰ ਜਾਂਦਾ। ਸ਼ਿਪ ਚੱਲਦਾ ਹੁੰਦਾ ਨਾ, ਉਹ ਸ਼ਿਪ ਚੱਲਦਾ ਤਾਂ ਸ਼ਿਪ ਦੇ ਅੱਗੇ ਉਹਦਾ ਝੰਡਾ ਲੱਗਿਆ ਹੁੰਦਾ ਤੇ ਸ਼ਿਪ ਇੱਦਾਂ ਚੱਲਦਾ, ਠੀਕ ਹੈ। ਅਸੀਂ ਇੱਕ ਉਹ ਬਾਣੀ ਦੇ ਜਹਾਜ਼ ਵਿੱਚ, ਇਹ ਉਹ ਸ਼ਿਪ ਹੈ, ਇਹ ਉਹ ਜਗ੍ਹਾ ਜਿੱਥੇ ਚਾਰੇ ਧਰਮਾਂ ਦੇ ਲੋਕ ਆ ਜਾਂਦੇ ਨੇ ਜੀ। ਇਹ ਇੱਕ ਜਦੋਂ ਦਰਬਾਰ ਸਾਹਿਬ ਦੇ ਇਸ ਕੋਨੇ ਤੇ ਖੜੇ ਹੋ ਕੇ ਦਰਸ਼ਨ ਕਰੋਗੇ ਤਾਂ ਤੁਹਾਨੂੰ ਸ਼ਿਪ ਵਾਂਗੂ ਚੱਲਦਾ ਹੋਇਆ ਦਿਖਾਈ ਦੇਵੇਗਾ। ਅਗਲੀ ਗੱਲ, ਸਰੋਵਰ ਜਿਹੜਾ ਹੈ, ਸਰੋਵਰ ਚੌਰਸ ਨਹੀਂ ਹੈ, ਸਰੋਵਰ ਚੌਰਸ ਨਹੀਂ ਹੈ। ਇੱਕ ਪਾਸੇ 490 ਫੁੱਟ ਹੈ, ਇੱਕ ਪਾਸੇ 500 ਫੁੱਟ ਹੈ। ਇੱਕ ਪਾਸੇ 490 ਫੁੱਟ ਹੈ, ਇੱਕ ਪਾਸੇ 500 ਫੁੱਟ ਹੈ। ਫਿਰ ਦੁਨੀਆਂ ਦੇ ਵਿੱਚ ਜਦੋਂ ਵੀ ਕੋਈ ਨਿਰਮਾਣ ਕੀਤਾ ਜਾਂਦਾ, ਦੁਨੀਆਂ ਦੇ ਵਿੱਚ ਜਦੋਂ ਵੀ ਕੋਈ ਗ੍ਰਹਿ ਬਣਾਇਆ ਜਾਂਦਾ, ਉਹਨੂੰ ਬਣਾਉਂਦੇ ਨੇ ਵਾਸਤੂ ਸ਼ਾਸਤਰ ਦੇ ਨਾਲ। ਕੀ ਕਰਦੇ ਨੇ ਵੀ ਤੁਹਾਡਾ ਉੱਤਰ, ਦੱਖਣ, ਪੂਰਬ, ਪੱਛਮ, ਈਸ਼ਾਨ ਕੋਣ, ਅਗਨੀ ਕੋਣ, ਵਾਟਰ ਕੋਣ, ਇਹ ਬਣਾਏ ਜਾਂਦੇ ਨੇ। ਦੁਨੀਆਂ ਦੇ ਵਿੱਚ ਅਸੀਂ ਇੰਨੇ ਕੁ ਭਰਮ ਜਾਲ ਵਿੱਚ ਫਸੇ ਹੋਏ ਹਾਂ ਕਿ ਅਸੀਂ ਆਪਣੀ ਬਿਲਡਿੰਗ ਬਣਾਉਣ ਲੱਗੇ ਉੱਤਰ, ਦੱਖਣ, ਪੂਰਬ, ਪੱਛਮ ਦੇਖਦੇ ਹਾਂ। ਜਿਹੜਾ ਦਰਬਾਰ ਸਾਹਿਬ ਹੈ ਇਹਦੇ 4 ਕੋਨੇ ਤੇ ਚੌਰਸ, ਨਾ ਉੱਤਰ ਵਿੱਚ ਹੈ, ਨਾ ਦੱਖਣ ਵਿੱਚ ਹੈ, ਨਾ ਪੂਰਬ ਵਿੱਚ ਹੈ, ਨਾ ਪੱਛਮ ਵਿੱਚ ਹੈ, ਨਾ ਅਗਨੀ ਕੋਣ ਵਿੱਚ ਹੈ, ਨਾ ਈਸ਼ਾਨ ਕੋਣ ਵਿੱਚ ਹੈ, ਨਾ ਪ੍ਰਿਥਵੀ ਕੋਣ ਵਿੱਚ ਹੈ, ਨਾ ਜਲ ਕੋਣ ਵਿੱਚ ਹੈ। ਇਹ ਦਰਬਾਰ ਸਾਹਿਬ ਇਹਨਾਂ ਸਾਰੀਆਂ ਚੀਜ਼ਾਂ ਤੋਂ ਮੁਕਤ ਹੈ, ਇੱਥੇ ਕੋਈ ਵਾਸਤੂ ਸ਼ਾਸਤਰ ਨਹੀਂ ਹੈ। ਦਰਬਾਰ ਸਾਹਿਬ ਇਹ ਦੱਸਦਾ ਕਿ ਜੇ ਤੁਸੀਂ ਇੱਥੇ ਨਮਸਕਾਰ ਕਰਨ ਆਇਓ ਨਾ, ਤਾਂ ਵਾਸਤੂ ਸ਼ਾਸਤਰ ਤੋਂ ਉੱਤੇ ਉੱਠ ਖੜੋ, ਵਹਿਮਾਂ ਭਰਮਾਂ 'ਚੋਂ ਉੱਤੇ ਉੱਠ ਖੜੋ। ਤੁਹਾਡੇ ਘਰੋਂ ਜਦੋਂ ਗੁਰਬਾਣੀ ਦੀਆਂ ਪਹਿਲੀਆਂ ਕਿਰਨਾਂ ਆਉਣਗੀਆਂ, ਉਹ ਸਾਰੇ ਦੋਸ਼ ਨਹੀਂ ਤੁਹਾਡੇ ਘਰਾਂ ਦੇ ਵੀ ਦੋਸ਼ ਦੂਰ ਕਰ ਦੇਣਗੀਆਂ। ਸਿੱਖ ਕਦੇ ਇਹਨਾਂ ਵਹਿਮਾਂ ਭਰਮਾਂ 'ਚ ਨਹੀਂ ਪਏਗਾ। ਇਹ ਦਰਬਾਰ ਸਾਹਿਬ ਜੀ ਦੀ ਇੱਥੋਂ ਜਾਣਕਾਰੀ ਮਿਲਦੀ ਹੈ। ਬਾਕੀ ਟਾਈਮ ਮੇਰੇ ਕੋਲ ਹੈ ਨਹੀਂ ਹੈ, ਬਾਕੀ ਯੂਟਿਊਬ ਦੇ ਉੱਤੇ, ਫੇਸਬੁੱਕ 'ਤੇ 3 ਲੱਖ ਤੁਹਾਨੂੰ ਪਤਾ ਹੀ ਹੈ ਜੁੜੇ ਹੋਏ ਨੇ ਲੋਕ, ਅਤੇ ਇਹ ਸਾਰੀਆਂ ਵੀਡੀਓ ਮੇਰੀਆਂ ਜਿੰਨੀਆਂ ਨੇ, ਖੋਜ ਵਿਚਾਰ ਚੈਨਲ ਫੇਸਬੁੱਕ ਦੇ ਉੱਤੇ, ਖੋਜ ਵਿਚਾਰ ਚੈਨਲ ਯੂਟਿਊਬ ਦੇ ਉੱਤੇ, ਇਹ ਸਾਰੇ ਲੌਜਿਕ ਤੁਸੀਂ ਵੇਖ ਸਕਦੇ ਹੋ। ਹੋਰ ਵੀ ਬਹੁਤ ਜਿਹੜੇ ਨੇ ਅੱਗੇ ਜਾ ਕੇ ਤੁਹਾਨੂੰ ਦੱਸਾਂਗੇ। ਅਸੀਂ ਮਾਫੀ ਚਾਹੁੰਦੇ ਹਾਂ ਇੱਥੇ ਦੇ ਵਿਭਾਗ ਵੱਲੋਂ ਕਿ ਇਹ ਜਾਣਕਾਰੀ, ਇਹ ਵਣਜਾਰੇ ਸਿੱਖ ਆਏ ਹੋਏ ਨੇ,
ਇਹਦੇ ਵਿੱਚ ਮੈਂ ਪਹਿਲਾਂ ਵੀ ਕਿਹਾ ਸੀ ਹੋਰ ਐਡ ਕਰੋ ਚੀਜ਼ਾਂ। ਇੱਥੇ ਇਹ ਕੀਮਤੀ ਚੀਜ਼ਾਂ ਹੈਗੀਆਂ ਨੇ ਕਿ ਨਹੀਂ ਹੈਗੀਆਂ ਜੀ? ਇਹ ਇੱਕ ਇੱਕ ਚੀਜ਼ ਸਰੋਵਰ ਇੱਦਾਂ ਕਿਉਂ ਆ, ਇੱਥੇ ਇਹ ਬੇਰੀ ਕਿਉਂ ਲੱਗੀ ਹੈ, ਇੱਥੇ ਖੰਭੇ ਕਿਉਂ ਲੱਗੇ ਹੋਏ ਨੇ, ਮੈਂ ਇੱਕ ਇੱਕ ਚੀਜ਼ ਦੇ ਉੱਤੇ ਕੰਮ ਕਰ ਰਿਹਾ ਦਰਬਾਰ ਸਾਹਿਬ ਦੇ ਉੱਤੇ, ਕਿੱਥੇ ਕੀ ਹੈ, ਕਿੰਨੇ ਬੁੰਗੇ, ਉਹ ਬੁੰਗੇ ਕਿੰਨੇ ਉੱਚੇ ਨੇ, ਮੇਰੀ ਕਿਤਾਬ ਹੈ ਕੌਣ ਬਣੇਗਾ ਪੈਰੇ ਦਾ ਪੈਰਾ ਜਿਹੜੀ ਕਿਤਾਬ ਤੁਹਾਨੂੰ ਭੇਜਣ ਲੱਗਿਆ, ਉਹਨਾਂ ਦੇ ਵਿੱਚ ਬੁੰਗਿਆਂ ਦਾ ਜ਼ਿਕਰ। ਇਸ ਜਗ੍ਹਾ ਦੇ ਉੱਤੇ ਈਸਾਈਆਂ ਨੇ, ਆਹ ਜਿਹੜੀ ਜਗ੍ਹਾ ਹੈ, ਇਸ ਜਗ੍ਹਾ ਦੇ ਉੱਤੇ ਇੱਕ ਟਾਵਰ ਬਣਾਇਆ ਸੀਗਾ, ਉਹਦਾ ਨਾਮ ਸੀ ਲਾਲ ਚਬੂਤਰਾ, ਇਸ ਜਗ੍ਹਾ ਤੇ ਬਣਾਇਆ ਸੀ ਈਸਾਈਆਂ ਨੇ ਗਿਰਜਾ ਘਰ, ਜਿੱਥੇ ਬਾਬਾ ਬੁੱਢਾ ਜੀ ਦੀ ਬੇਰੀ ਹੈ। ਇਸ ਜਗ੍ਹਾ ਤੇ ਬੁੰਗਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਬੁੰਗਾ ਹੁੰਦਾ ਸੀ, ਦਰਬਾਰ ਸਾਹਿਬ ਦੇ ਨੇੜੇ ਤੇੜੇ 84 ਬੁੰਗੇ ਸੀ, ਸਾਰੇ ਬੁੰਗੇ ਤੋੜ ਦਿੱਤੇ ਨੇ, ਕੇਵਲ ਇੱਕੋ ਬੁੰਗਾ ਬਚਿਆ ਰਾਮਗੜੀਆ ਬੁੰਗਾ। ਵਾਹਿਗੁਰੂ ਜੀ ਕਾ ਖਾਲਸਾ।